ਉਂਗਲ ਖੜੀ ਕਰਕੇ ਦੱਸ ਰਿਹਾ। ਦੂਸਰੇ ਪਾਸੇ ਈਰਾਨ ਦਾ ਨੈਸ਼ਨਲ ਚੈਂਪੀਅਨ ਮੁਹੰਮਦ ਫਰਾਜ਼ੀ 5 ਫੁੱਟ 6 ਇੰਚ ਕੱਦ ਦਾ, 105 ਕਿਲੋ ਇਸ ਨੌਜਵਾਨ ਦਾ ਭਾਰ ਆ। ਦਰਮਿਆਨ ਚੋਂ ਨੌਜਵਾਨ ਨਿਕਲਿਆ, ਬਗਲ ਭਰੀ ਹੋਈ ਹੈ, ਕੈਂਚੀ ਪਾਈ ਹੋਈ ਆ, ਲੱਕ ਫੜਿਆ ਹੋਇਆ, ਸੁਖਬੀਰ ਕਾਲਾ, ਵੇਖੋ ਕੀ ਬਣਦਾ। ਜ਼ਬਰਦਸਤ ਕਸ਼ਮਕਸ਼ ਨੰਬਰ ਲੈਣ 'ਚ, ਕਹਿੰਦਾ ਕਦੀ ਉੱਤੇ ਕਦੀ ਥੱਲੇ, ਕਦੀ ਹੋਈ ਗਰਾਊਂਡ ਵਿੱਚ ਬੱਲੇ ਬੱਲੇ, ਕਦੀ ਹੋਈ ਗਰਾਊਂਡ ਵਿੱਚ ਬੱਲੇ ਬੱਲੇ। ਸੁਖਬੀਰ ਕਾਲੇ ਨੇ ਪੁੱਠੀ ਪਾਈ ਸੀ, ਕਹਿੰਦੇ ਸਾਡੇ ਹੱਥ ਚੀਨ ਦੀ ਕੰਧ ਜਿਹੀ ਮਜ਼ਬੂਤੀ ਨਹੀਂ, ਜਦ ਪੁੱਠੀ ਪੈ ਜਾਏ ਰੇਡਰ ਨੂੰ, ਇਹ ਤੋਂ ਵੱਧ ਕੋਈ ਗੱਲ ਕਸੂਤੀ ਨਹੀਂ, ਇਹ ਤੋਂ ਵੱਧ ਕੋਈ ਗੱਲ ਕਸੂਤੀ ਨਹੀਂ। ਹਾਂ, ਸੁਖਬੀਰ ਕਾਲੇ ਨੇ ਵੀ ਉਹੀ ਐਕਸ਼ਨ ਕੀਤਾ ਜਿਹੜਾ ਈਰਾਨੀ ਜਾਪੀਆਂ ਨੇ ਕੀਤਾ ਸੀਗਾ। ਮੁਹੰਮਦ ਫਿਰਾਜ਼ੀ ਬਹੁਤ ਹੀ ਮਜ਼ਬੂਤ ਤਰੀਨ ਰੇਡਰ ਸੀ, ਜਿਹਨੂੰ ਪਕੜਿਆ। ਆਇਆ ਮੰਨਾ ਛੀਟਕਾ ਜਿਹਾ ਸਰੀਰ ਆ ਇਸ ਨੌਜਵਾਨ ਦਾ, ਜਿਵੇਂ ਪਾਕਿਸਤਾਨ ਦੀ ਟੀਮ ਦੇ